ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਧਰਮਜੀਤ ਸਿੰਘ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾ ਸਾਰਦਾ ਵਿਖੀ ਇਹ ਸੇਵਾ ਦਾ ਅੱਜ ਕਿਸਾਨ ਯੂਨੀਅਨ ਵੱਲੋਂ ਧਰਨਾ ਦਿੱਤਾ ਜਾ ਰਿਹਾ ਭਾਈ, ਇਹਦਾ ਅਸੀਂ ਵੀ ਸਮਰਥਨ ਕਰਦੇ ਹਾਂ। ਬੁੱਢੇ ਦਲ ਵੱਲੋਂ ਸਾਰੀਆਂ ਫੌਜਾਂ ਜਿੰਨੀਆਂ ਵੀ ਚੱਕਰਵਰਤੀ ਆ ਸਾਰੀਆਂ ਹੀ ਸਮਰਥਨ ਕਰਦੇ ਹਾਂ, ਕਿਉਂਕਿ ਜੇ ਆਪਾਂ ਇਹਨਾਂ ਕਿਸਾਨਾਂ ਦਾ ਨਾਲ ਰਵਾਂਗੇ, ਇਹਨਾਂ ਨੂੰ ਵਿਚਾਰਾਂ ਨੂੰ ਸਮਰਥਨ ਦੇਵਾਂਗੇ, ਫਿਰ ਹੀ ਇਹ ਵਿਚਾਰੇ ਚੱਲ ਸਕਦੇ, ਕਿਉਂਕਿ ਖਾਲਸਾ ਪੰਥ ਸ਼ੁਰੂ ਤੋਂ ਹੀ ਜ਼ੁਲਮ ਦੇ ਨਾਲ ਖੜਦਾ ਰਿਹਾ ਆ ਤੇ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਤਲਵਾਰ ਲੈ ਕੇ ਖੜਦਾ ਰਿਹਾ ਆ, ਕਿਉਂਕਿ ਇਹ ਜਿਹੜੀਆਂ ਧਰਤੀ ਆ ਇਹ ਸਿੰਘ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਆ, ਇਹਦਾ ਹੋਰ ਕੋਈ ਮਾਲਕੀਤ ਨਹੀਂ ਆ, ਇਹ ਖਾਲਸਾ ਇਹਦੀ ਮਾਲਕੀਤ ਆ। ਖਾਲਸੇ ਦੇ ਸਾਰੀ ਧਰਤੀ ਖਾਲਸੇ ਨੇ ਮੁਸਲਮਾਨਾਂ ਕੋਲੋਂ ਖੋਹ ਕੇ ਕਿਸਾਨਾਂ ਨੂੰ ਦਿੱਤੀ ਆ, ਤੇ ਹੁਣ ਜੋ ਕਿ ਮੋਦੀ ਸਾਹਿਬ ਵਰਗੇ ਐਕਟ ਲੈ ਕੇ ਆਏ ਆ ਇਹਨਾਂ ਵਾਸਤੇ ਬਿਲਕੁਲ ਇਹ ਠੀਕ ਨਹੀਂ ਆ, ਕਿਉਂਕਿ ਨਹੀਂ ਤੇ ਖਾਲਸਾ ਪਹਿਲਾਂ ਤੇ ਚੁੱਪ ਚਾਪ ਰਿਹਾ, ਹੁਣ ਧਰਨੇ ਲਾ ਰਿਹਾ, ਧਰਨਿਆਂ ਤੋਂ ਬਗੈਰ ਨਾ ਕੰਮ ਚੱਲਿਆ, ਖਾਲਸਾ ਤੇਗ ਦੇ ਨਾਲ ਵੀ ਵੇਖੂਗਾ ਉਹਦੇ ਨਾਲ, ਕਿਉਂਕਿ ਖਾਲਸੇ ਨੂੰ ਮਾਰ ਰਹੇ ਨੇ ਕਿਹਾ ਭਾਰੀ ਪਜਾਣ ਕੋ ਭਾਰੀ ਭਰੋਸੋ, ਸਾਨੂੰ ਸਭ ਤੋਂ ਵੱਡਾ ਭਰੋਸਾ ਸ੍ਰੀ ਸਾਹਿਬ ਤੇ ਆ। ਮੋਦੀ ਸਾਹਿਬ ਇਹ ਜਾਣ ਲਿਓ ਕਿ ਖਾਲਸਾ ਜਦੋਂ ਚੜ੍ਹ ਕੇ ਆ ਗਏ ਅੱਗੇ ਵੀ 16 ਵਾਰ ਦਿੱਲੀ ਜਿੱਤੀ ਆ, ਹੁਣ ਵੀ ਖਾਲਸਾ ਜਦੋਂ ਇਹਨਾਂ ਕਿਸਾਨਾਂ ਦੇ ਨਾਲ ਰਲ ਕੇ ਚੱਲਿਆ ਤੇ ਕੋਈ ਸਮਾਂ ਨੀ ਲੱਗਣਾ, ਘੰਟਿਆਂ ਦੇ ਵਿੱਚ ਹੀ ਦਿੱਲੀ 'ਚ ਆ ਜਾਣਾ ਆ। ਬਾਕੀ ਜਿਹੜੇ ਕਿਸਾਨ ਵੀਰ ਆ ਇਹਨਾਂ ਨੂੰ ਇਹ ਅਸੀਂ ਕਹਿੰਦੇ ਹਾਂ ਵੀ ਜਿਵੇਂ ਬਾਬਾ ਜਰਨੈਲ ਸਿੰਘ ਜੀ ਨੇ ਆਨੰਦਪੁਰ ਸਾਹਿਬ ਜੀ ਦੇ ਮਤੇ ਪਹਿਲਾਂ ਹੀ ਰੱਖੇ ਸੀ ਪਰ ਤੁਸੀਂ ਸਾਥ ਨਹੀਂ ਦਿੱਤਾ, ਹੁਣ ਵੀ ਉਹ ਹੀ ਮਤੇ ਆ ਪਰ ਤਗੜੇ ਹੋ ਕੇ ਸਾਥ ਦਿਓ, ਕਿਉਂਕਿ ਕੋਈ ਉਕਾਊ ਪਰਿਵਾਰ ਜੋ ਕਿ ਸਾਡੇ ਵਿੱਚ ਵਿਚਰ ਰਹੇ ਆ, ਜਿਵੇਂ ਸਰਹੰਦ ਦੇ ਸੂਬੇ ਨੇ ਸੁੱਚਾਨੰਦ ਦੇ ਪੁੱਤਰ ਨੂੰ ਖਾਲਸੇ ਦੇ ਵਿੱਚ ਜਦੋਂ ਬੰਦਾ ਬਹਾਦਰ ਨੇ ਪਹਿਲੀ ਜੰਗ ਲੜੀ ਸੁੱਚਾਨੰਦ ਦੇ ਪੁੱਤਰ ਨੂੰ ਫੌਜ ਦੇ ਕੇ ਵਾੜ ਦਿੱਤਾ ਖਾਲਸੇ ਦੇ ਵਿੱਚ, ਇਸ ਤਰ੍ਹਾਂ ਹੀ ਕੁਝ ਵਿਕਾਊ ਪਰਿਵਾਰ ਜੋ ਕਿ ਹੁਣ ਵੀ ਕਿਸਾਨ ਯੂਨੀਅਨ ਏਕਤਾ ਦੇ ਵਿੱਚ ਬੜੇ ਹੋਏ ਆ, ਇਹਨਾਂ ਤੋਂ ਅਸੀਂ ਸਾਰੀ ਕਿਸਾਨ ਯੂਨੀਅਨ ਏਕਤਾ ਨੂੰ ਕਹਿੰਦੇ ਹਾਂ ਵੀ ਇਹਨਾਂ ਤੋਂ ਸੁਚੇਤ ਹੋ ਕੇ ਤਿਆਰ ਪੁਰਤਿਆਰ ਹੋ ਕੇ, ਕਿਉਂਕਿ ਇਹਨਾਂ ਨੇ ਕੁਸਰਗੂ ਕਰਨੀ ਆ, ਇਹ ਸਦਾ ਗਦਾਰ ਆ, ਗਦਾਰਾਂ ਨੇ ਗਦਾਰੀ ਕਰਨੀ ਆ, ਖਾਲਸਾ ਤਿਆਰ ਪੁਰਤਿਆਰ ਆ, ਖਾਲਸੇ ਦਾ ਸਾਥ ਦਿਓ, ਖਾਲਸੇ ਕੋਲੋਂ ਸਾਥ ਲਓ। ਬਾਕੀ ਪੁਲਿਸ ਮੁਲਾਜ਼ਮ ਜਿਹੜੇ ਸਾਡੇ ਉੱਤੇ ਧਰਨਿਆਂ ਦੇ ਉੱਤੇ ਜਬਰੀ ਕਰਦੇ ਆ ਉਹਨਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਭਾਈ ਤੁਸੀਂ ਸਾਡੇ ਬੱਚੇ ਜੇ ਸਾਡੇ ਅਸੀਂ ਤੁਹਾਡੇ ਭਰਾ ਆ, ਤੁਸੀਂ ਬੇਸ਼ੱਕ ਪੁਲਿਸ ਮੁਲਾਜ਼ਮ ਪੈਸੇ ਲੈਂਦੇ ਆ ਸਰਕਾਰ ਕਰੋ ਪਰ ਤੁਸੀਂ ਇਹ ਤੇ ਵੇਖੋ ਇੱਧਰ ਪਰਿਵਾਰ ਕੌਣ ਆ, ਤੁਹਾਡੇ ਅਸੀਂ ਆਪਣੇ ਆ, ਜੇ ਅਸੀਂ ਆਲਸੀ ਲੜਦੇ ਚੰਗੇ ਨਹੀਂ ਲੱਗਦੇ ਤੁਸੀਂ ਸਾਡੇ ਜੇ, ਅਸੀਂ ਇਹ ਵੀ ਤੁਹਾਨੂੰ ਪੁਲਿਸ ਮੁਲਾਜ਼ਮਾਂ ਨੂੰ ਬੇਨਤੀ ਕਰਦੇ ਹਾਂ ਕਿ ਵੀ ਤੁਸੀਂ ਗਾਂਹ ਹੋ ਕੇ ਜਾਂ ਧਰਨਿਆਂ ਦੇ ਵਿੱਚ ਆਣ ਕੇ ਜੋ ਗੰਦੀਆਂ ਹਰਕਤਾਂ ਕਰਦੇ ਜੀ ਉਹ ਤੋਂ ਬਾਅਦ ਆ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਜਿਹੜਾ ਅਲੱਗ ਅਲੱਗ ਧਰਨੇ ਲਾਏ ਗਏ ਨੇ, ਧਰਨੇ ਤਾਂ ਅੱਜ ਹੈਗੇ ਆ ਕਿਸਾਨਾਂ ਦੇ ਸੰਬੰਧ ਦੇ ਵਿੱਚ ਤੇ ਕਿਸਾਨੀ ਦੇ ਸੰਬੰਧ ਦੇ ਵਿੱਚ ਤੇ ਬਿੱਲਾਂ ਦੇ ਵਿਰੋਧ ਦੇ ਵਿੱਚ, ਇੱਥੇ ਵੇਖਣ 'ਚ ਮਿਲਿਆ ਵੀ ਅਲੱਗ ਅਲੱਗ ਜਗ੍ਹਾ ਤੇ ਕੋਈ ਰਾਜਨੀਤਿਕ ਪਾਰਟੀਆਂ ਵੀ ਧਰਨੇ ਲਾਏ ਨੇ, ਇਹਦਾ ਇੰਟਰਨੈਸ਼ਨਲ ਲੈਵਲ ਤੇ ਕੀ ਮੈਸੇਜ ਹੈ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਇਹ ਜਿਹੜੇ ਸਾਹਿਬ ਆਪਣੀਆਂ ਵੋਟਾਂ ਬਣਾਉਣ ਵਾਸਤੇ ਕਰ ਰਹੇ, ਇਹਨਾਂ ਨੂੰ ਜਦੋਂ ਬਿੱਲ ਪਾਸ ਹੋਈ ਸਾਰਿਆਂ ਦੀ ਸਲਾਹ ਦੇ ਨਾਲ ਹੋਏ ਸੀ, ਇਹ ਸਾਹਿਬ ਬੇਈਮਾਨ, ਇਹਨਾਂ ਵਾਸਤੇ ਅਸੀਂ ਇਹ ਅਸੀਂ ਨਾ ਪਾਰਟੀਆਂ ਦਾ ਨਹੀਂ ਲਿਆ, ਕਿਉਂਕਿ ਕੁਝ ਬੰਦੇ ਵਿਕੇ ਆ, ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ, ਬੰਦੇ ਮਾੜੇ ਨਹੀਂ ਹੁੰਦੇ ਸਾਰੇ, ਇਸ ਕਰਕੇ ਇਹ ਸਾਹਿਬ ਆਪਣੀਆਂ ਵੋਟਾਂ ਦਾ ਹੀ ਪੈਰਾ ਕਰ ਰਹੇ ਆ। ਤੁਹਾਨੂੰ ਨਹੀਂ ਲੱਗਦਾ ਵੀ ਜਿਹੜਾ ਅੱਜ ਦਾ ਉਹਨਾਂ ਨੇ ਆਪਣਾ ਵੱਖਰਾ ਇਕੱਠ ਕੀਤਾ ਇੱਕ ਰਾਜਨੀਤਿਕ ਪਾਰਟੀ ਵੱਲੋਂ, ਤੇ ਇਹ ਇਸ ਜਿਹੜੇ ਕਿਸਾਨਾਂ ਦੇ ਇਕੱਠ ਨੂੰ ਕਮਜ਼ੋਰ ਕਰਨ ਵਾਸਤੇ ਆ ਜਾਂ ਕਿਵੇਂ ਦੇਖਦੇ ਹੋ? ਇਹੋ ਕਮਜ਼ੋਰ ਕਰਨ ਵਾਸਤੇ ਨਾ, ਆਪਣਾ ਵੱਖਰਾਪਣ ਵਿਖਾਉਂਦੇ ਵੀ ਸਾਡੇ ਮਗਰ ਸੰਗਤ ਜੁੜ ਕੇ ਗਾਣ, ਸਾਨੂੰ ਵੋਟਾਂ ਮਿਲ ਜਾਣ, ਅਸੀਂ ਕਿਸਾਨਾਂ ਦੇ ਨਾਲ ਆ, ਪਰ ਬੇਸ਼ੱਕ ਜੋ ਮਰਜ਼ੀ ਕਰ ਲੈਣੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲ ਆ, ਇਹਨਾਂ ਨੂੰ ਵੋਟਾਂ ਨਾ ਪਾਇਓ, ਨਾ ਪੈਣ ਦੇਣੀਆਂ ਸ਼ਹੀਦਾਂ ਸਿੰਘਾਂ ਨੇ, ਇਹਨਾਂ ਦੀ ਸੰਗੀ ਘੁੱਟਣੀ ਆ, ਜਿਵੇਂ ਜਹਾਂਗੀਰ ਨੂੰ ਬਾਬਾ ਬੁੱਢਾ ਸਾਹਿਬ ਜੀ ਜਦੋਂ ਗਵਾਲੀਆ ਦੇ ਵਿੱਚੋਂ ਰਿਹਾਅ ਕਰਾਉਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲੈਣ ਗਏ ਸੀ, ਉਦੋਂ ਸ਼ੇਰ ਬਣ ਕੇ ਸਿੰਘ ਚੜ੍ਹੇ ਸੀ ਜਹਾਂਗੀਰ ਦੇ ਉੱਤੇ, ਏਦਾਂ ਇਹਨਾਂ ਦੇ ਉੱਤੇ ਵੀ ਚੜ੍ਹਨਾ ਸਿੰਘਾਂ ਨੇ ਮਹਾਰਾਜ ਦੀ ਕਿਰਪਾ ਸਦਕਾ। ਵਾਹਿਗੁਰੂ ਜੀ ਕਾ ਖਾਲਸਾ।